ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਾਡੇ ਬਾਬਾ ਅਮਰੀਕ ਸਿੰਘ ਜੀ ਹੈ ਜੀ, ਜਿਹੜੇ ਸਾਡੇ ਕੋਲ ਟੰਡਾ ਮਾੜੀ ਪਿੰਡ ਤੋਂ ਗੁਰਦਾਸਪੁਰ ਡਿਸਟ੍ਰਿਕਟ ਤੋਂ ਆਏ ਸੀਗੇ। ਬਾਬਾ ਜੀ ਦਾ ਚੂੜਾ ਟੁੱਟਿਆ ਹੋਇਆ ਜੀ ਸੱਜੇ ਪਾਸੇ ਦਾ, ਜਿਵੇਂ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਦੱਸਿਆ ਸਾਰਿਆਂ ਨੂੰ ਵੀ ਬਾਬਾ ਜੀ ਨਾਲ ਬੜੀ ਦੁਖਦਾਈ ਘਟਨਾ ਵਾਪਰੀ ਆ। ਬਾਬਾ ਜੀ ਦੇ 20 ਸਾਲ ਪਹਿਲਾਂ ਕਰੰਟ ਲੱਗ ਗਿਆ ਸੀਗਾ, ਉਹਦੇ ਨਾਲ ਬਾਬਾ ਜੀ ਦੀ ਇੱਕ ਅੱਖ ਅਤੇ ਇੱਕ ਬਾਂਹ ਬਿਲਕੁਲ ਹੀ ਜੜ ਦੇ ਵਿੱਚੋਂ ਖਤਮ ਹੋ ਗਈ ਸੀਗੀ, ਅੱਖ ਵੀ ਖਤਮ ਹੋ ਗਈ ਸੀ। ਅਤੇ ਹੁਣ ਬਾਬਾ ਜੀ ਦਾ 1.5 ਮਹੀਨਾ ਪਹਿਲਾਂ ਵੀਰ ਦਾ ਇਹਨਾਂ ਦਾ ਕੋਠੇ ਤੋਂ ਸਕੂਲ ਦੇ ਵਿੱਚ ਸੌਂਦੇ ਸੀ ਉੱਪਰ ਕੋਠੇ 'ਤੇ, 1.5-2 ਮਹੀਨੇ ਪਹਿਲਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਹੈ ਨਹੀਂ ਗਾ ਜੀ ਜਿਹੜਾ ਇਹਨਾਂ ਦੀ ਕੇਅਰ ਕਰ ਸਕੇ ਜਾਂ ਦੇਖਭਾਲ ਕਰ ਸਕੇ। ਅਤੇ ਬਾਬਾ ਜੀ ਕੋਠੇ ਤੋਂ ਡਿੱਗ ਪਏ ਸੀ 1.5 ਮਹੀਨਾ ਪਹਿਲਾਂ, ਉਹਦੇ ਨਾਲ ਹੁਣ ਇਹਨਾਂ ਦਾ ਸੱਜੇ ਪਾਸੇ ਦਾ ਚੂੜਾ ਆ ਸਾਈਡ ਵੀ ਟੁੱਟ ਗਿਆ ਜੀ ਇੱਥੋਂ। ਅਤੇ ਉਹਦੇ ਲਈ ਅਸੀਂ ਹੁਣ ਸਾਨੂੰ ਵੀਰਾਂ ਨੇ ਉੱਥੋਂ ਫੋਨ ਕੀਤਾ ਸੀਗਾ ਗੁਰਦਾਸਪੁਰ ਡਿਸਟ੍ਰਿਕਟ ਟਾਂਡਾ ਮਾੜੀ ਪਿੰਡ ਤੋਂ, ਜਿੱਦਾਂ ਕਰਕੇ ਬਾਬਾ ਜੀ ਸਾਡੇ ਪਿੰਡ ਇੱਕ ਪੈ ਗਿਆ ਅਲਵਾਰਸ ਪਿੰਡ ਦੇ ਵਿੱਚ, ਜਿਹੜਾ ਵਾਟਰ ਬਾਕਸ ਹੁੰਦਾ ਪਾਣੀ ਵਾਲੀ ਟੈਂਕੀ ਉਹਦੇ ਉੱਪਰ ਪੈਂਦੇ ਸੀ ਵਿਚਾਰੇ। ਅਤੇ ਉੱਥੋਂ ਵੀਰ ਸਾਡੇ ਕੋਲ ਛੱਡ ਕੇ ਗਏ ਇਹਨਾਂ ਨੂੰ, ਤਾਂ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਇਹਨਾਂ ਨੇ ਆਪਰੇਸ਼ਨ ਲਈ ਗੱਲ ਕੀਤੀ, ਤਾਂ ਉਹਨਾਂ ਨੇ ਸਾਨੂੰ ਖਰਚਾ 1.25 ਲੱਖ ਰੁਪਏ ਦੇ ਆਸ ਪਾਸ ਦੱਸਿਆ ਸੀਗਾ ਵੀ ਇਹਨਾਂ ਦਾ 1.25 ਲੱਖ ਰੁਪਏ ਦੇ ਆਸ ਪਾਸ ਖਰਚਾ ਆਊਗਾ ਜੀ। ਅਸੀਂ ਉਹਦਾ ਇੰਤਜ਼ਾਮ ਕਰਕੇ ਬਾਬਾ ਜੀ ਨੂੰ ਦਾਖਲ ਕਰਵਾਇਆ ਸੀਗਾ ਜੀ। ਅਤੇ ਦਾਖਲ ਕਰਵਾਉਣ ਤੋਂ ਬਾਅਦ ਹੁਣ ਬਾਬਾ ਜੀ ਨੂੰ 5 ਦਿਨ ਹੋ ਗਏ ਦਾਖਲ ਕਰਵਾਇਆ ਨੂੰ, ਅਤੇ ਆਪਰੇਸ਼ਨ ਹੋਣਾ ਸੀ ਇਹਨਾਂ ਦਾ ਪਰਸੋਂ, ਮਤਲਬ 3 ਤਰੀਕ ਨੂੰ ਸੋਰੀ ਆਪਰੇਸ਼ਨ ਹੋਣਾ ਸੀ ਇਹਨਾਂ ਦਾ, ਅਤੇ ਉਹ ਹੋ ਨਹੀਂ ਸਕਿਆ ਕਿਉਂਕਿ ਜਦੋਂ ਇਹਨਾਂ ਦਾ ਚੈਸਟ ਦਾ ਐਕਸਰੇ ਕੀਤਾ ਗਿਆ ਤਾਂ ਉਹਦੇ ਵਿੱਚ ਇਹਨਾਂ ਦੀ ਚੈਸਟ ਇੱਕ ਸਾਈਡ ਦਾ ਲੰਗਸ ਸ਼ੋ ਨਹੀਂ ਹੋ ਰਿਹਾ ਸੀ, ਫੇਫੜਾ ਜੀ ਪਾਣੀ ਭਰਿਆ ਹੋਇਆ ਉਹਦੇ ਵਿੱਚ ਜੀ। ਅਤੇ ਉਹਦਾ ਹੁਣ ਟ੍ਰੀਟਮੈਂਟ ਡਾਕਟਰ ਸਾਹਿਬ ਨੇ ਸਕੈਨਿੰਗ ਕਰਵਾ ਕੇ ਪ੍ਰੋਪਰ ਚੈੱਕ ਕਰਿਆ, ਤਾਂ ਉਹ ਅੱਜ ਤੋਂ 20 ਸਾਲ ਪਹਿਲਾਂ ਜਦੋਂ ਇਹਨਾਂ ਦੇ ਕਰੰਟ ਲੱਗਿਆ ਸੀਗਾ ਉਦੋਂ ਹੀ ਫੇਫੜੇ ਦੇ ਵਿੱਚ ਸੱਟ ਲੱਗਣ ਨਾਲ ਡੈਮੇਜ ਹੋ ਗਿਆ ਸੀਗਾ, ਅਤੇ ਉਹਦੇ 'ਚ ਪਾਣੀ ਭਰ ਗਿਆ ਸੀ ਬਹੁਤ ਜ਼ਿਆਦਾ। ਅਤੇ ਹੁਣ ਜਿੰਨਾ ਚਿਰ ਉਹ ਠੀਕ ਨਹੀਂ ਹੋ ਸਕਦਾ ਉਨਾ ਚਿਰ ਇਹਨਾਂ ਦੇ ਚੂੜੇ ਦਾ ਡਾਕਟਰ ਸਾਹਿਬ ਕਹਿੰਦੇ ਵੀ ਆਪਰੇਸ਼ਨ ਹੋ ਨਹੀਂ ਸਕਦਾ, ਤਾਂ ਉਹਨਾਂ ਨੇ ਹੁਣ ਸਾਨੂੰ ਇਹੀ ਰਾਏ ਦਿੱਤੀ ਹੈ ਵੀ DMC ਹੋਸਪਿਟਲ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਓ, ਐਡਮਿਟ ਉੱਥੇ ਕਰਵਾਓ, ਕਿਉਂਕਿ ਉੱਥੇ ਚੈਸਟ ਦੇ ਡਾਕਟਰ ਵੀ ਹੈਗੇ ਆ, ਤਾਂ ਨਾਲ ਚੈਸਟ ਦਾ ਇਲਾਜ ਵੀ ਹੋ ਤਾਂ ਹੀ ਆਪਰੇਸ਼ਨ ਹੋ ਸਕਦਾ, ਅਤੇ ਆਪਰੇਸ਼ਨ ਵੀ ਉੱਥੇ ਹੀ ਕਰਾਉਣਾ ਪੈਣਾ। ਪਹਿਲਾਂ ਸਾਨੂੰ ਜਿੰਨਾ 1.25 ਲੱਖ ਰੁਪਏ ਦਾ ਐਸਟੀਮੇਟ ਦੱਸਿਆ ਸੀਗਾ, ਹੁਣ ਉਸ ਤੋਂ ਵੀ ਡਬਲ ਖਰਚਾ ਦੱਸਦੇ ਡਾਕਟਰ ਸਾਹਿਬ ਨੂੰ, ਸਾਡੀ ਉੱਥੇ ਵੀ ਗੱਲ ਹੋਈ ਹੈ, ਪਰ ਅਸੀਂ ਹਜੇ ਕੁਛ ਡਾਕਟਰਾਂ ਦੀ ਰਾਏ ਵੀ ਲਵਾਂਗੇ। ਅਤੇ ਅਸੀਂ ਤੁਹਾਨੂੰ ਵੀ ਸਾਰੇ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇ ਕੋਈ ਇਸ ਲੈਵਲ ਦੇ ਕੋਈ ਡਾਕਟਰ ਸਾਹਿਬ ਸਾਡੀ ਵੀਡੀਓ ਦੇਖਦੇ ਆ ਜੋ ਸਾਡੀ ਕੋਈ ਹੈਲਪ ਕਰ ਸਕਦੇ ਆ, ਕਿਉਂਕਿ ਇਸ ਤੋਂ ਵੱਧ ਮਾੜਾ ਕੁਛ ਨਹੀਂ ਹੋ ਸਕਦਾ। ਵਾ ਇਹਨਾਂ ਨਾਲ ਸਰਦਾਰ ਅਮਰੀਕ ਸਿੰਘ ਜੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੱਜੇ ਪਾਸੇ ਦੀ ਸਾਰੀ ਇੱਕ ਡੈਮੇਜ ਹੋ ਗਿਆ ਜੀ, ਸਾਈਡ ਚੂੜਾ ਵੀ ਟੁੱਟਿਆ ਹੋਇਆ ਸੱਜੇ ਪਾਸੇ ਦੀ, ਬਾਂਹ ਵੀ ਹੈ ਨਹੀਂ ਜੀ ਸੱਜੇ ਪਾਸੇ ਦਾ, ਫੇਫੜਾ ਵੀ ਅਤੇ ਸੱਜੇ ਪਾਸੇ ਦੀ ਅੱਖ ਵੀ ਹੈ ਨਹੀਂ, ਅਤੇ ਬੜੇ ਮੁਸ਼ਕਿਲ ਦੌਰ ਦੇ ਵਿੱਚੋਂ ਨਿਕਲ ਰਿਹਾ ਜੀ, ਬੜੀ ਮਾੜੀ ਹਾਲਤ 'ਚ ਵੀ ਆ ਇਹ ਵੀ ਬਜ਼ੁਰਗ, ਅਤੇ ਇਹਨਾਂ ਦੇ ਅੱਗੇ ਪਿੱਛੇ ਪਰਿਵਾਰ ਦੇ ਵਿੱਚ ਕੋਈ ਨਹੀਂ ਹੈਗਾ ਇਹਨਾਂ ਦੀ ਦੇਖਭਾਲ ਕਰਨ ਵਾਲਾ, ਅਤੇ ਇਸ ਕਰਕੇ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਮਦਦ ਕਰੋ ਜੀ, ਕੋਈ ਇਹਨਾਂ ਦਾ ਇਲਾਜ ਕਰਵਾ ਸਕਦਾ। ਜਿਵੇਂ ਸਾਡਾ ਨੰਬਰ 97-800-3000 ਨੰਬਰ ਹੈ ਜੀ ਸਾਡਾ, ਅਤੇ ਉਹਦੇ 'ਤੇ ਸੰਪਰਕ ਕਰਕੇ ਸਾਡੇ ਨਾਲ ਬਾਬਾ ਜੀ ਦੀ ਸਿਹਤ ਵਾਸਤੇ ਜਾਂ ਇਹਨਾਂ ਦੇ ਇਲਾਜ ਵਾਸਤੇ ਸਾਡੇ ਨਾਲ ਗੱਲ ਕਰ ਸਕਦੇ ਜੀ। ਅਤੇ ਇੱਦਾਂ ਹੀ ਸਾਡੇ ਬਾਬਾ ਜੀ ਜੀ ਪ੍ਰੇਮ ਸ਼ਾਹ ਜੀ ਬੈਠੇ ਨਾਲ, ਇਹਨਾਂ ਨੂੰ ਤੁਸੀਂ ਪਹਿਲਾਂ ਪੁਰਾਣੀਆਂ ਪੋਸਟਾਂ 'ਚ ਦੇਖਿਆ ਹੋਣਾ, ਉਹਨਾਂ ਦਾ ਅਸੀਂ ਸਮਰਾਲਾ ਚੌਂਕ ਤੋਂ ਲੈ ਕੇ ਆਏ ਸੀਗੇ, ਇਹ 3 ਮਹੀਨਿਆਂ ਤੋਂ ਉੱਥੇ ਲਵਾਰ ਸਮਰਾਲਾ ਚੌਂਕ 'ਚ ਪਏ ਸੀ, ਇਹਨਾਂ ਦੀ ਲੱਤ ਟੁੱਟੀ ਹੋਈ ਸੀ, ਤਾਂ ਗੋਡੇ ਦੇ ਥੱਲੇ ਲੱਤ ਲਟਕ ਰਹੀ ਸੀਗੀ, ਬੜੀ ਮਾੜੀ ਹਾਲਤ ਸੀਗੀ। ਅਤੇ ਉੱਥੋਂ ਅਸੀਂ ਲਿਆ ਕੇ ਇੱਥੇ ਡਾਕਟਰ ਰਮਨ ਸਿੰਗਲਾ ਦੇ ਅੰਡਰ ਦੀਪਕ ਹੋਸਪਿਟਲ ਦੇ ਵਿੱਚ ਇਹਨਾਂ ਦਾ ਇਲਾਜ ਕਰਵਾ ਰਹੇ ਸੀਗੇ ਜੀ, ਅਤੇ ਇਹਨਾਂ ਦਾ ਪਲੇਟਾਂ ਪਈਆਂ ਲੱਤ ਦੇ ਵਿੱਚ ਜੀ ਅੱਜ ਤੋਂ 1.5-2 ਮਹੀਨਾ ਪਹਿਲਾਂ ਕਰੀਬ। ਅਤੇ ਹੁਣ ਕੱਲ੍ਹ ਅਸੀਂ ਡਾਕਟਰ ਸਾਹਿਬ ਕੋਲ ਚੈੱਕ ਕਰਵਾਉਣ ਲਈ ਲੈ ਕੇ ਆਏ ਸੀਗੇ ਇਹਨਾਂ ਨੂੰ, ਤਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਪ੍ਰੋਪਰ ਹੱਡੀ ਹਜੇ ਜੁੜੀ ਨਹੀਂ ਸੀਗੀ, ਉਸ ਕਰਕੇ ਹੁਣ ਇਹਨਾਂ ਦੇ ਅੱਜ ਪਲਸਤਰ ਲੱਗਿਆ ਸਾਰੀ ਲੱਤ 'ਤੇ ਦੁਬਾਰਾ, 2 ਮਹੀਨੇ ਪਲਸਤਰ ਲਗਾ ਕੇ ਰੱਖਣਾ ਪਊਗਾ ਕਹਿੰਦੇ ਸੀਗੇ। ਅਤੇ ਇਹਨਾਂ ਦੀ ਸਿਹਤ ਚਾਬੀ ਵਾਸਤੇ ਵੀ ਅਸੀਂ ਵੀਰਾਂ ਦੇ ਭੈਣਾਂ ਨੂੰ ਸਾਰਿਆਂ ਨੂੰ ਕਹਿੰਦੇ ਹਾਂ ਅਰਦਾਸ ਕਰੋ ਵੀ ਇਹ ਠੀਕ ਹੋ ਜਾਣ ਜੀ ਜਲਦੀ ਤੋਂ ਜਲਦੀ। ਬਾਕੀ ਸਾਡੀ ਟੀਮ ਸਾਰੇ ਖੜ੍ਹੇ ਆ, ਵੀਰ ਮਨਪ੍ਰੀਤ ਆ, ਸਾਡਾ ਭਰਾ ਅਮਿਤ ਚਾਵਲ ਆ, ਸਾਡਾ ਵੀਰ ਆ ਜੀ ਹਰਿਦੁਆਰ ਤੋਂ, ਮੌਜੂਦ ਭਰਾ ਬੰਦਾ ਜੀ, ਇਹ ਦਿਨ ਕੋਲ ਸੇਵਾ ਕਰਦੇ, ਬਾਬੇ ਦੇ ਕੋਲ ਰਹਿੰਦੇ, ਇਹਨਾਂ ਦੀ ਹੈਲਪ ਕਰਦੇ, ਜੋ 5 ਦਿਨ ਤੋਂ ਹੋਸਪਿਟਲ ਦੇ ਵਿੱਚ ਉਹਨਾਂ ਦੀ ਸੇਵਾ ਸੰਭਾਲ ਕਰ ਰਹੇ ਆ।
ਤੇ ਇਦਾਂ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਭੈਣਾਂ ਨੂੰ ਵੀ ਬਾਬਾ ਅਮਰੀਕ ਸਿੰਘ ਜੀ ਦੀ ਸਿਹਤ ਵਾਸਤੇ ਅਤੇ ਇਲਾਜ ਵਾਸਤੇ ਜ਼ਰੂਰ ਸੰਪਰਕ ਕਰੋ ਸਾਡੇ ਨੰਬਰਾਂ 'ਤੇ ਦਿੱਤੇ ਹੋਏ ਅਤੇ 97803000071 ਨੰਬਰ ਆ ਸਾਡਾ ਅਤੇ ਇੰਨੀ ਬੇਨਤੀ ਕਰਨੀ ਸੀ ਜਾਣਕਾਰੀ ਦੇਣੀ ਸੀਗੀ ਲਾਈਵ ਹੋਏ ਸੀ ਅਸੀਂ ਕੰਮ ਕਰਕੇ ਅਤੇ ਜ਼ਰੂਰ ਇਸ ਚੀਜ਼ ਦਾ ਜੀ ਸਾਥ ਦਿੱਤਾ ਜਾਵੇ ਬਾ ਅਮਰੀਕ ਸਿੰਘ ਜੀ ਦੀ ਸਿਹਤ ਦਾ ਅਤੇ ਹੱਲ ਹੋ ਸਕੇ ਜੋ ਇਹ ਤੁਰ ਫਿਰ ਸਕਣ ਆਪਦੀ ਜ਼ਿੰਦਗੀ ਦੁਬਾਰਾ ਤੁਰ ਫਿਰ ਕੇ ਆਪਦੀ ਜ਼ਿੰਦਗੀ ਆਪਦੇ ਪੈਰਾਂ 'ਤੇ ਬਸਰ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।